ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸੁਰਤ ਤੇ ਰੰਗੀਆਂ ਨੂੰ ਪੰਜਾਬ ਸੀਐਮ ਦਫ਼ਤਰ ਚ ਚਾਹ ਪਕੋੜਿਆਂ ਤੇ 31 ਲੱਖ ਦਾ ਖਰਚਾ ਆਰਡੀਆਈ ਦਾ ਖੁਲਾਸਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੰਤੇ ਵੀਡੀਓ ਨੂੰ ਆ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ RTI کارਕੁਨ ਗੁਰਜੀਤ ਸਿੰਘ ਗੋਲਾਪੁਰੀ ਵਾਸੀ ਪਟਿਆਲਾ ਵੱਲੋਂ ਦਾਇਰਿਕ RTI ਰਾਹੀਂ ਖੁਲਾਸਾ ਕੀਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ 14 ਮਹੀਨੇ ਅੰਦਰ 31 ਲੱਖ ਰੁਪਏ ਤੋਂ ਵੱਧ ਚਾਹ ਤੇ ਪਕੌੜਿਆਂ ਦਾ ਖਰਚਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ 14 ਮਹੀਨਿਆਂ ਦੇ ਵਿੱਚ 31 ਲੱਖ ਤੋਂ ਵੱਧ ਚਾਹ ਤੇ ਪਕੌੜੇ ਖਾ ਲੇ ਇਸ ਗੱਲ ਦਾ ਖੁਲਾਸਾ ਆਰਟੀਆਈ ਕਾਰਕੁਨ ਗੁਰਜੀਤ ਸਿੰਘ ਗੋਪਾਲ ਪੂਰੀ ਵਾਸੀ ਪਟਿਆਲਾ ਵੱਲੋਂ ਦਾਇਰ ਇੱਕ ਆਰਟੀਆਈ ਰਾਹੀਂ ਹੋਇਆ ਹਾਲਾਂਕਿ ਇਹ ਖਰਚਾ ਪਿਛਲੇ ਮੁੱਖ ਮੰਤਰੀਆਂ ਦੇ ਖਰਚੇ ਨਾਲੋਂ ਬਹੁਤ ਘੱਟ ਹੈ ਇਸ ਆਰਟੀਆਈ ਦੇ ਮੁਤਾਬਿਕ ਮਾਰਚ 2022 ਲਈ ਚਾਹ ਨਾਸ਼ਤੇ ਦਾ ਬਿੱਲ 3.10 ਲੱਖ ਰੁਪਏ ਸੀ ਸਿਰਫ ਚਾਹ ਨਾਸ਼ਤੇ ਲਈ ਹੀ ਖਰਚ ਕੀਤੇ ਜਾਂਦੇ ਨੇ ਲੱਖਾਂ ਰੁਪਏ ਮਾਰਚ ਤੋਂ ਬਾਅਦ ਅਪ੍ਰੈਲ 2022 ਜੋ 2 ਲੱਖ 73300 675 ਮਈ ਅਤੇ ਮਈ ਦੇ ਵਿੱਚ 355795 ਜੂਨ ਤੋਂ 325248 ਜਿਹਾ ਹਰੇਕ ਮਹੀਨੇ ਖਰਚਾ ਵਾਧਾ 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 ਗਿਆ ਹੈ ਜਿਹਾ ਕਿ ਇਹ ਵਧੀਆ ਗੱਲ ਹੈ ਕਿ ਚਾਰ ਨਾਸਤੇ ਹੀ ਪੰਜਾਬ ਸਰਕਾਰ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਇਹਨਾਂ ਖਰਚਾ ਕਰ ਦਿੰਦੇ ਨੇ ਕਮੈਂਟ ਸੈਕਸ਼ਨ 'ਤੇ ਆਪਣੇ ਵਿਚਾਰ ਜੋੜ ਦਿਓ ਤੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ